ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਦੀ ਪ੍ਰਕਰਮਾ ਚੱਲ ਰਹੀ ਹੈ ਜੇ ਫਿਲਹਾਲ ਕੋੜਿਆਂ ਨਾਲ ਪ੍ਰਕਰਮਾ ਆ ਗਿਆ ਹੁਣੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਲੋਕ ਅੰਦਰ ਆ ਕੇ ਖੜ ਜਾਂਦੇ ਇੱਧਰ ਇਹਨਾਂ ਨੇ ਤਾਂ ਹੀ ਕਰਕੇ ਜਾਲੀਆਂ ਲਾਈਆਂ ਅੱਗੇ ਲੱਗੇ ਸਟੇਡੀਅਮ ਜੋ ਸਟੇਡੀਅਮ ਦਾ ਨਾਮ ਹੈਗਾ ਨਵਾਬ ਸ਼ੇਰ ਮੁਹੰਮਦ ਖਾਨ ਸਟੇਡੀਅਮ ਉੱਥੇ ਬੋਰਡ ਲੱਗਾ ਉੱਥੇ ਤੁਸੀਂ ਪੜ੍ਹ ਸਕਦੇ ਹੋ ਲੈ ਦੀ ਪ੍ਰਕਰਮਾ ਚੱਲ ਰਹੀ ਹੈ ਜੀ ਫਿਲਹਾਲ ਘੋੜਿਆਂ ਨਾਲ ਪ੍ਰਕਰਮਾ ਕਰ ਰਹੇ ਨੇ ਸਿੰਘ ਹਜੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਸਿੰਘਾਂ ਨੇ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਾ ਰਹੇ ਸੀ ਹਨਾ ਸਿੱਧੇ ਨਾਲ ਮਨਾਲੀ ਆਏ ਯਾਰ ਅਸੀਂ ਮੁੰਡੇ ਦੇ ਨਾਲ ਹੀ ਆਏ ਜੀ ਹੁਣ ਮੇਰੇ ਸਿੱਧਾ ਜਾਇਓਗੇ ਮਾਮਾ
ਸੋਹਣਾ ਹੀ ਖੱਤੇ ਬਾਈ ਚੜਦੀ ਗਲਾ ਬਾਈ
ਸਿੰਘ ਸੀਗਾ
ਬਜ਼ੁਰਗ ਸੀਗੇ ਉੱਥਾਂ ਜਦੋਂ ਉਹਨਾਂ ਦੇ ਵੀ ਲੱਗੀ ਆ ਸਾਡੇ ਤੇ ਬਾਕੀ ਵੈਸੇ ਅੱਗੇ ਖੜਦਾ ਨਹੀਂ ਚਾਹੀਦਾ ਇੱਦਾਂ ਹੋਲੇ ਮਹੱਲੇ ਦੇ ਵੀ ਹੁੰਦਾ ਬਹੁਤ ਲੋਕਾਂ ਨਾਲ ਹੁੰਦਾ ਕਿਉਂਕਿ ਅੱਗੇ ਕਿਉਂਕਿ ਘੋੜਾ ਹੈਗਾ ਉਹ ਇਹਨਾਂ ਦੇ ਸਿੰਘਾਂ ਦੇ ਹੁੰਦੇ ਜੰਗੀ ਘੋੜੇ ਤਾਂ ਉਹਦਾ ਉਹ ਕਿਹੜਾ ਇੱਕ ਲੇਨ 'ਚ ਚੱਲਣਾ ਹੁੰਦਾ ਉਹਦਾ ਭਰੋਸਾ ਨਹੀਂ ਹੈ ਜਾਨਵਰ ਹੁੰਦਾ ਅਤੇ ਜਿੱਧਰ ਮਰਜ਼ੀ ਨੂੰ ਆ ਸਕਦਾ ਤਾਂ ਲੋਕ ਅੱਗੇ ਹੋ ਕੇ ਖੜ ਜਾਂਦੇ ਆ ਜਿਹੜੇ ਤਾਂ ਫਿਰ ਕਈ ਵਾਰ ਘੋੜਾ ਜਿਹੜਾ ਹੁੰਦਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਤਾਂ ਦੂਜੀ ਸਾਈਡ 'ਤੇ ਆ ਜਾਂਦਾ ਇਸ ਕਰਕੇ ਬੱਚਿਆਂ ਨੂੰ ਤਾਂ ਮੇਨਲੀ ਪਿੱਛੇ ਹੀ ਖੜਾਉਣਾ ਚਾਹੀਦਾ ਤਾਂ ਹੀ ਕਰਕੇ ਇਹਨਾਂ ਨੇ ਜਾਲੀਆਂ ਲਾਈ ਹੁੰਦੀਆਂ ਮੈਂ ਤੁਹਾਨੂੰ ਦਿਖਾ ਦਾਂਗਾ ਤੁਸੀਂ ਦੇਖ ਹੀ ਸਕਦੇ ਹੋ ਵੈਸੇ ਕਲੋਜ਼ ਜਾ ਕੇ ਦਿਖਾ ਦਾਂਗਾ ਇਹਨਾਂ ਨੇ ਜਾਲੀਆਂ ਲਾਈਆਂ ਹੁੰਦੀਆਂ ਇਸ ਕਰਕੇ ਤਾਂ ਕਿ ਲੋਕ ਉਸ ਤੋਂ ਅੱਗੇ ਨਾ ਜਾਣ ਫਿਰ ਵੀ ਲੋਕ ਅੱਗੇ ਜਾਂਦੇ ਚਲੋ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਕੀ ਮਹੱਲਾ ਹੁਣ ਖਤਮ ਹੋ ਚੁੱਕਾ ਤੇ ਘੋੜਿਆਂ ਦੀ ਦੌੜਾਂ ਵਗੈਰਾ ਕੱਢਦੇ ਇਹਨਾਂ ਨੇ ਸਿੰਘਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ 120 ਮੀਟਰ ਪਰ ਸੈਕਿੰਡ ਇਹਦੀ ਸਪੀਡ ਹੈਗੀ ਆ ਤੀਰ ਦੀ ਲਗਭਗ ਜਿਹੜਾ ਹੈਗਾ ਇੰਚ ਦਾ ਸੋਰੀ 10-12 ਇੰਚ ਦਾ ਇਹ ਤੀਰ ਲੱਗਦਾ ਹੈਗਾ ਅਤੇ ਹੁਣੇ ਨਾ ਆਪਾਂ ਹਵਾ 'ਚ ਚਲਾ ਕੇ ਦੇਖੇ ਸੀ ਵੀਰੇ ਹੋਣਿਆਂ ਨੇ ਤਾਂ ਇੰਨੀ ਤੇਜ਼ ਜਾਂਦਾ ਹੈ ਦਿਖਦਾ ਹੀ ਨਹੀਂ ਤੀਰ ਕੇ ਆ ਕਿੱਧਰ ਉੱਧਰ ਸਾਰੀ ਜਗ੍ਹਾ ਲੱਭਣ ਗਏ ਸੀ ਫਿਰ ਵੀਰ 3 ਤੀਰ ਚਲਾਏ ਸੀ ਮਿਲ ਹੀ ਨਹੀਂ ਰਹੇ ਸੀਗੇ ਉਹ ਵੀਰੇ ਵੀ ਲੱਭ ਕੇ ਆ ਰਹੇ ਲੱਗਦਾ ਤੀਰ ਹੁਣ ਚਲਾਇਆ ਹੋਣਾ ਪਹਿਲੇ ਕਿਤੇ ਅਤੇ ਬਾਕੀ ਇਹਨੂੰ ਮਤਲਬ ਕਿ ਜੰਗੀ ਸ਼ਸਤਰ ਹੈ ਪਰ ਚਲਾਉਣਾ ਵੀ ਧਿਆਨ ਨਾਲ ਚਾਹੀਦਾ ਹੁਣ ਇਹ ਵੀਰੇ ਨੇ ਇੱਕੋਦਮ ਛੱਡਤਾ ਸੀਗਾ ਪਤਾ ਨਹੀਂ ਸੀਗਾ ਇਹ ਚਲੋ ਵਾਹਿਗੁਰੂ ਦੀ ਮਿਹਰ ਸੀਗੀ ਕਿ ਅੱਗੇ ਕੋਈ ਖੜਾ ਨਹੀਂ ਸੀਗਾ ਇੱਕੋਦਮ ਚੱਲ ਪਿਆ ਸੀ ਪਤਾ ਨਹੀਂ ਲੱਗਿਆ ਤਾਂ ਇਹਦਾ ਵੀ ਜਿਹੜੇ ਗੰਨਾ ਵਗੈਰਾ ਜਾਂ ਫਿਰ ਕ੍ਰੋਸ ਬੋਂਦੇ ਧਿਆਨ ਰੱਖਣਾ ਪੈਂਦਾ ਇਹਨਾਂ ਦਾ ਕਿ ਅੱਗੇ ਗਲਤੀ ਨਾਲ ਚੱਲ ਨਾ ਜਾਏ ਲੋਡ ਕਰਦੇ ਵੇਲੇ ਇਹ ਕਿਉਂਕਿ ਮਸ਼ੀਨਾਂ ਦਾ ਤੁਸੀਂ ਇੱਕ ਟਰੱਸਟ ਨਹੀਂ ਕਰ ਸਕਦੇ ਮਸ਼ੀਨ ਚੱਲ ਸਕਦੀ ਆ ਉਸ 'ਚ ਕੋਈ ਵੀ ਪ੍ਰੋਬਲਮ ਆ ਸਕਦੀ ਆ ਮੋਢਾ ਜੋੜਨਾ ਪੈਂਦਾ ਇਹਦੇ ਨਾਲ ਹੀ ਪਿੱਛੇ ਜਾਣਾ ਗਾ
ਇੱਥੇ ਇਹਦਾ ਇੱਕ ਤੀਰ ਭਰਿਆ ਗਿਆ ਜਾਬਰ ਤਾਰਾ ਪਵਾ ਲੈ ਦੇਖਦਾ ਚਾਹੇ ਕੀ ਲੋੜ ਨੀ ਆ ਫਿਰ ਵੀ ਟ੍ਰਿਗਰ ਤੇ ਹੱਥ ਨਹੀਂ ਲੱਗਦਾ ਏਦਾਂ ਵੀ ਫੜ ਦਿਆ ਬਾਈ ਥੱਲੇ ਆ ਨਾ